पता नहीं होने की हो गया अन्या तेंदी चलाने देखो नहीं पता अन्नी हुई हुई है जिवें दी जाए कोई पता पे लगदा बके केड़ी लामे बैना ये केड़ा इलाका है मैं इनके पता आओ उस बंदे को पूछ दे हां केड़े जंगल चो फंस गए हां वेच टंगी भी ता गड्डी ना छेड़ी डर फिटे मुंह यार को पता ये केड़ा इलाका है बाबा जी वो इलाका जे सस्सी रोल गई आई सस्सी दा तुसा बनायो है बहाना तुसी भी सही इलाके दे ने हो इंजे गल है ते बात मैंने विखाओ तुहाड़ियां कित्ते धागे दी मिलना पई चलदियां सस्सी रोल गई है हुण बंदा इस रेतू दा के करे ये ते अद्धी भी नहीं रह गई हुई बाबा जी ये रेत तो सारी हवा उड़दी पई वाते त्रोक चा पानी कोई नहीं मूत्र भी कोनू आयो है किदे तुहाडे रंग साज नु मिलना के कराउणे काम कराउणा घर दा ओरा टोरिया साडी तगे रेडी कार्ड छड्डी उस रांदी तेरी भी मैं कटावां जिस बाल्टी विचों बाहर निकलने दा टाइम लग जावे ना ते हे कदबुर शिकत दे ते भी मार लई बाबा जी ये रंग साज है और ठग बाज है मैं ते नहीं लगदा रंग साज अन्ना वे दने मुंह बुरशी यार सो त्रुट भी जा बाबा जी आ कोई फैन तुहाडा गिफ्ट दे गया चेक करो हां ये कोई बिल्ला तनु दे गया ये तो वेख ये तो कोई टॉयलेट जी दे गया पूरे गट्टू बेचो बाबा जी थोड़ा फैन को थोड़ा मिलन आ गया कौन शहीद वेला ओ एडा वेला बाज ईद वाले धड़े भी वेला तू रुखा वेखी आख ले हां मैं गोशत लेना आयो है अस्सलाम वालेकुम वालेकुम सलाम मैं शहीद वेला तू अगे ही वेला है पर आज तू वेला नहीं हो सकता क्यों बाबा जी ओ ढारे थले एक झोटा सब होया पिया बाकी इसा सारा काम कर छड़े होया ਹੁਣ ਛੜੀ ਉਹ ਜਰੀ ਰਹਿ ਗਈ ਤੋਂ ਸਾਫ ਕਰਨੀ ਨਹੀਂ ਬਾਬਾ ਜੀ ਮੇਰੇ ਕੋਲ ਗਰਮ ਛੱਲੇ ਬਾਈ ਤੇ ਬਾਬੇ ਫਲੂਦੇ ਵਾਲਾ ਫੱਟਾ ਕਿੱਥੇ ਲਾਇਆ ਹੋਇਆ ਆਓ ਵੇਦਾ ਪਿਆ ਜੀ ਦਮੋ ਖੱਚਰ ਦੇ ਗੋਡੇ ਆ ਰਹੇ ਓ ਬਾਬੇ ਲੈਟਸ ਗੋ ਬਾਬਾ ਜੀ ਇੱਕ ਪਿਆਲਾ ਫਲੂਦੇ ਦਾ ਦੇਵਿਆ ਹੈ ਲਓ ਜਨਾਬ ਹੈ ਗਰਮਾ ਗਰਮ ਠੱਡਾ ਠੱਡਾ ਫਲੂਦਾ ਫਲੂਦਾ ਤਾਂ ਬੜਾ ਸਵਾਦੀ ਹੈ ਪਰ ਤੁਖਮ ਲੰਗਾ ਵੀ ਜ਼ਿਆਦਾ ਪਾ ਛੱਡਿਆ ਉਹ ਰੰਗ ਵਿਖਾ ਖਾਂ ਕਸਮ ਲੈ ਲੈ ਜੇ ਇੱਕ ਦਾਣਾ ਵੀ ਵਿੱਚ ਤੁਖਮ ਲੰਗੇ ਦੇ ਤਾਂ ਵਾਤੇ ਵਿੱਚ ਕਾਲਾ ਕਾਲਾ ਕੀ ਏ ਪਾਗਲਾ ਇਹ ਮੱਖੀਆਂ ਨੂੰ ਜੀ ਆਰਕਸ਼ਾ ਅੱਜ ਮੈਂ ਚਲਾ ਲਿਆ ਤੇ ਐਫ 16 ਤਾਂ ਮੇਰੇ ਵਾਸਤੇ ਗੱਲ ਹੀ ਕਾਈ ਨਹੀਂ ਪਤਾ ਨਹੀਂ ਹੁਣ ਬ੍ਰੇਕ ਨਾਲ ਰੁਕਾ ਜਾਂ ਕੋਈ ਏਟ ਆਈ ਸੋ ਯਾਰ ਮੈਨੂੰ ਕੋਈ ਟਾਇਲਟ ਚਾਹੀਦੀ ਆਈ ਅੱਛਾ ਕਿਤਨੀ ਚਾਹੀਦੀ ਹੈ 5-100 ਚਾਹੀਦੀ ਹੈ ਇਹਦੇ ਨਾਲ ਸਿਰਫ ਛੱਤ ਪਾਉਣੀ ਹੈ ਮੈਂ ਵੀ ਛੱਤ ਹੀ ਪਾਉਣੀ ਮੈਂ ਕਿਹੜਾ ਰਾਵੀ ਤਪੋਲ ਬਣੂਗੀ ਇਹ ਜੜ ਜਾ ਵੀ ਬਾਬਾ ਜੀ ਸਿਗਰਟ ਪੀਂਦਾ ਪਿਆ ਮਲੂਮ ਤੈਨੂੰ ਜੀ ਪਿਆਉਂਦਾ ਬਸ ਸਿਗਰਟ ਪੀਂਦਾ ਪਿਆ ਪਰ ਲੱਗਦਾ ਇੰਜ ਇਹਨਾਂ ਜਿਵੇਂ ਭੱਠੇ ਨਾਗ ਲੱਗੀ ਹੁੰਦੀ ਕੇ ਲੈਣੀ ਦੱਸ ਦਾ ਇੰਚ ਲੈਣਾ ਬਰਫ਼ ਦਾ ਬਲਾਕ ਕਿਤਨੇ ਦਾ ਹੈ 2000 ਦੇ ਉਈ ਹੁਣ ਠੱਡ ਪੈ ਗਈ ਉਸੀ ਆਏ ਕਾਲੇ ਕਰਤੂਤ ਵਾਲਾ ਕਿਹੜੇ ਕਾਲੇ ਕਰਤੂਤ ਵਾਲਾ ਨਹੀਂ ਕਾਲੇ ਸੂਟ ਵਾਲਾ ਕੀ ਕਰਨ ਆਇਆ ਏ ਜਿਹੜੀ ਬਰਫ਼ ਦਿੱਤੀ ਆ 2 ਨੰਬਰ ਆਈ ਉਹ ਖੋਰ ਗਈ ਯਾਰ ਪਰੇਸ਼ਾਨ ਨਾ ਸਾਡੇ ਮੁਲਕ ਦੇ ਹਾਲਾਤ ਹੀ ਆਈਂਦੇ ਨੇ ਇਸ ਮੁਲਕ ਵਿੱਚ ਰਹਿਣੀ ਮੁਸ਼ਕਲ ਏ ਯਾਰ ਇਸ ਮੁਲਕ ਦੇ ਵਿੱਚ ਹੁਣ ਉਹ ਬੰਦੇ ਹੀ ਰਹਿ ਸਕਦਾ ਹੈ ਜਿਹੜਾ ਸਾਡੇ ਰੁੰਝ ਹੀ ਰਹਿ ਗਿਆ ਹੈ ਦੋ ਬਰਫ਼ ਦੇ ਗੋਲੇ ਲੈਣ ਵਾਲੇ ਨੂੰ ਛੱਲੀ ਫ੍ਰੀ ਬਾਬਾ ਜੀ ਕੀ ਗੱਲ ਆ ਗੋਸ਼ਤ ਦਾ ਜ਼ਾਇਕਾ ਆ ਰਿਹਾ ਗੋਸ਼ਤ ਦਾ ਜ਼ਾਇਕਾ ਆਪੇ ਆਉਣਾ ਮੇਰਾ ਦਾਤ ਵੀ ਕਪੀ ਕੇ ਉੱਧਰ ਹੀ ਆ ਰਿਹਾ ਅੱਛੂ ਬਾਈ 1000 ਦਾ ਚੇਂਜ ਆਈ ਮੈਂ ਸਵੇਰੇ ਦਾ ਵਟਿਆ ਹੀ 200 ਹੋਏ ਤੈਨੂੰ ਮੈਂ ਚੇਂਜ ਕਿਦੋਂ ਦੇਵਾਂ ਹਾਏ ਠੜ ਪੈ ਗਈ ਬਿੱਲ ਦੇ ਹੋਰ ਕਿੰਨੇ ਪੈਸੇ 1000 ਰੁਪਇਆ ਹਾਏ ਹੁਣ ਤੇ ਅੱਗ ਲੱਗ ਗਈ ਹੋਣੀ ਉਹ ਰੈਂਕ ਕੱਢੇ ਨਾ ਪੂਰਾ ਗੋਲਾ ਖਾ ਦੋ ਅਜਕ ਜਾ ਤੂੰ ਇਨ ਕਾਬੂ ਨਹੀਂ ਆਉਂਦਾ ਬਾਬਾ ਜੀ ਬੱਚਾ ਕਣ ਪੈਂਪਰ ਦਿਓ ਕਿਹੜਾ ਸਾਇਜ਼ ਇਸ ਤੋਂ ਵੱਡਾ ਦਿਓ ਅੱਲਾ ਇਸ ਤੋਂ ਵੀ ਵੱਡਾ ਦਿਓ ਕਰਮ ਵਾਲਿਓ ਇਸ ਤੋਂ ਵੱਡਾ ਦਿਓ ਵੱਜ ਜਾਤ ਕਨ ਕੋਈ ਸੁੱਤਣ ਪਵਾ ਛੱਡੋ